ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 25 ਅਕਤੂਬਰ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸ਼ਨਸ ਹਰੇਕ ਕੁਐਸ਼ਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ Telegram channel ਦਾ link ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ description box ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਹਾਲ ਹੀ ਵਿੱਚ ਕਿਸ ਦੇਸ਼ ਵਿੱਚ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਘਟਾਉਣ ਵਾਲਾ ਸੰਵਿਧਾਨਿਕ ਸ਼ੋਧ ਪਾਸ ਕੀਤਾ ਗਿਆ ਹੈ हां जी रिसेंटली श्रीलंका ਦੇ ਵਿੱਚ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਘਟਾਉਣ ਵਾਲਾ ਸੰਵਿਧਾਨਿਕ ਸ਼ੋਧ ਪਾਸ ਕੀਤਾ ਗਿਆ অপশন ਨੰਬਰ ਸੀ ਇਜ਼ ਦਾ রাইਟ ਆਨਸਰ ਉਹਨੂੰ श्रीलंका ਦੇ ਵਿੱਚ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸ਼੍ਰੀਲੰਕਾ ਸ਼੍ਰੀਲੰਕਾ ਦੀ ਕੈਪੀਟਲ ਕੀ ਹੈ ਕੋਲੰਬੋ ਇਹ ਕਮਰਸ਼ਲ ਕੈਪੀਟਲ ਆ ਅਤੇ ਸ਼੍ਰੀ ਜੇਵਰਧਨੇਪੁਰੇ ਕੋਟੇ ਇਹ ਐਡਮਿਨਿਸਟ੍ਰੇਟਿਵ ਕੈਪੀਟਲ ਆ ਇੱਥੋਂ ਦੀ ਕਰੰਸੀ ਆ ਸ਼੍ਰੀਲੰਕੀਅਨ ਰੁਪੀ ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਦਿਨੇਸ਼ ਗੁਣਵਰਧਨ ਤੈਥੋਂ ਦੇ ਰਾਸ਼ਟਰਪਤੀ ਆ ਰਨਿਲ ਵਿਕਰਮ ਸਿੰਘੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਰਾਸ਼ਟਰਪਤੀ ਬਾਰੇ ਇੰਟੈਲੀਜੈਂਸ ਦਾ ਜੋ ਹੁਣ ਐਗਜ਼ਾਮ ਹੋਇਆ ਸੀ ਉਸ ਦੇ ਵਿੱਚ ਵੀ ਪੁੱਛਿਆ ਗਿਆ ਸੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਆ ਰਨਿਲ ਵਿਕਰਮ ਸਿੰਘੇ ਤੇ ਤੁਹਾਨੂੰ ਮੈਪ ਦੇ ਵਿੱਚ ਦੇਖ ਕੇ ਤੁਹਾਡੇ ਮਾਈਂਡ ਚ ਆਉਂਦਾ ਹੋਣਾ ਇੰਡੀਆ ਅਤੇ ਸ਼੍ਰੀਲੰਕਾ ਦੇ ਵਿੱਚ ਕਿਹੜੀ ਖਾੜੀ ਆ ਜਿਹੜੀ ਤੁਹਾਨੂੰ ਮੈਪ ਦੇ ਵਿੱਚ ਦਿਖ ਰਹੀ ਆ ਇਹ ਖਾੜੀ ਆ ਪਾਕ ਦੀ ਖਾੜੀ ਠੀਕ ਹੈ ਜੀ ਸਪੈਲਿੰਗ ਯਾਦ ਰੱਖਣਾ ਪਾਕ ਦੀ ਖਾੜੀ ਨੈਕਸਟ ਕੁਐਸਚਨ हाल ही ਵਿੱਚ ਹੀਟ ਵੇਵ ਕਾਰਨ ਭਾਰਤ ਨੂੰ ਜੀਡੀਪੀ ਵਿੱਚ ਕਿੰਨੇ ਪ੍ਰਤੀਸ਼ਤ ਨੁਕਸਾਨ ਹੋਇਆ ਹਾਂਜੀ ਹੀਟ ਵੇਵ ਕਾਰਨ ਭਾਰਤ ਨੂੰ ਜੀਡੀਪੀ ਦੇ ਵਿੱਚ ਟੋਟਲ 5.4% ਦਾ ਨੁਕਸਾਨ ਹੋਇਆ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਰਨਾਟਕ ਰਤਨ ਅਵਾਰਡ ਕਿਸ ਨੂੰ ਦਿੱਤਾ ਗਿਆ ਹਾਂਜੀ ਕਰਨਾਟਕ ਰਤਨ ਅਵਾਰਡ ਕਿਸ ਨੂੰ ਦਿੱਤਾ ਗਿਆ ਪੁਨੀਤ ਰਾਜਗੁਰੂ ਨੂੰ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਹੁਣ ਪੁਨੀਤ ਰਾਜਕੁਮਾਰ ਸੌਰੀ ਪੁਨੀਤ ਰਾਜਕੁਮਾਰ ਨੂੰ ਮਰਨ ਉਪਰੰਤ ਕਰਨਾਟਕ ਰਤਨ ਅਵਾਰਡ ਦਿੱਤਾ ਗਿਆ ਵਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਕੀ ਆ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਕੈਪੀਟਲ ਚੀਫ ਮਿਨਿਸਟਰ ਤੇ ਗਵਰਨਰ ਬਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣ ਹਾਂਜੀ ਕਰਨਾਟਕ ਦੀ ਕੈਪੀਟਲ ਆ ਬੰਗਲੌਰ ਇੱਥੋਂ ਦੇ ਚੀਫ ਮਿਨਿਸਟਰ ਆ ਵਸਵ ਰਾਜਭੋਮਈ ਤੇ ਗਵਰਨਰ ਆ ਥਾਵਰਚੰਦਰ ਗਹਿਲੋਤ ਕਰਨਾਟਕ ਦੇ ਵਿੱਚ ਬਾਂਦੀਪੂਰੀ ਨੈਸ਼ਨਲ ਪਾਰਕ ਆ ਅੰਸ਼ੀ ਨੈਸ਼ਨਲ ਪਾਰਕ ਆ ਨਗਰਹੌਲ ਨੈਸ਼ਨਲ ਪਾਰਕ ਆ ਕੁਦਰੇਮੁਖਾ ਨੈਸ਼ਨਲ ਪਾਰਕ ਆ ਬੰਨਰਕਾਟਾ ਨੈਸ਼ਨਲ ਪਾਰਕ ਆ ਕਰਨਾਟਕ ਗਵਰਨਮੈਂਟ ਨੇ 트랜ਸਜੈਂਟਰਾਂ ਦੇ ਲਈ ਪੁਲਿਸ ਦੇ ਵਿੱਚ ਰੱਖਵਾ ਕਰਨ ਦਾ ਐਲਾਨ ਕੀਤਾ ਜੋਗ ਚਰਨੇ 파ਰਤ ਦੇ ਕਰਨਾਟਕ ਦੇ ਵਿੱਚ ਆ ਤੇ ਦੁਨੀਆ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ ਕਰਨਾਟਕ ਦੇ ਹੁਬਲੀ ਦੇ ਵਿੱਚ ਬਣਿਆ ਕਰਨਾਟਕ ਦੇ ਵਿੱਚ 12 ਸਾਲ ਬਾਅਦ ਨੀਲਕੁਰੰਜੀ ਦੇ ਫੁੱਲ ਖਿੜਿਆ ਕਰਨਾਟਕ ਦੀਆਂ ਮੰਗਲ ਪੱਟੀਆਂ ਪਹਾੜੀਆਂ ਦੇ ਉੱਪਰ ਕਰਨਾਟਕ ਦਾ ਇੱਕ ਪਿੰਡਾ ਮੰਟੂਰ ਇਹ ਇਕਲੌਤਾ ਇਸ ਤਰ੍ਹਾਂ ਦਾ ਪਿੰਡਾ ਜਿੱਥੇ ਹੁਣ ਵੀ ਸੰਸਕ੍ਰਿਤ ਬੋਲੀ ਜਾਂਦੀ ਆ ਕਰਨਾਟਕ ਸਰਕਾਰ ਨੇ ਵਿਧਾਨ ਵਿਧਾਨ ਸਭਾ ਚ ਕੰਨੜ ਭਾਸ਼ਾ ਵਿਆਪਕ ਵਿਕਾਸ ਬਿਲ 2022 ਪੇਸ਼ ਕੀਤਾ ਕਰਨਾਟਕ ਦੇ ਰਾਜਪਾਲ ਨੇ ਪਰिवर्तन ਵਿਰੋਧੀ ਵਿੱਲੇ ਨੂੰ ਮਨਜ਼ੂਰੀ ਦਿੱਤੀ। ਕਰਨਾਟਕ ਸਰਕਾਰ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਈਸ਼ਾ ਆਊਟਰੀਚ ਨਾਲ ਸਮਝੌਤਾ ਕੀਤਾ। ਐਸਬੀਆਈ ਨੇ ਬੰਗਲੌਰ ਦੇ ਵਿੱਚ ਸਟਾਰਟਅੱਪਸ ਲਈ ਪਹਿਲੀ ਸਮਰਪਿਤ ਸ਼ਾਖਾ ਖੋਲੀ ਹੈ। ਤੇ ਕਰਨਾਟਕ ਸਰਕਾਰ ਨੇ ਖਿਡਾਰੀਆਂ ਲਈ 2% ਰੱਖਵਾ ਕਰਨ ਕਰਨ ਦਾ ਐਲਾਨ ਕੀਤਾ। ਕਰਨਾਟਕ ਗਊ ਗੋਦ ਲੈਣ ਲਈ ਵੈਰੀ ਇੰਪੋਰਟੈਂਟ ਪੁੰਨਿਆ ਕੋਟੀ ਦੱਤੂ ਸਕੀਮ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਬਣ ਗਿਆ। ਹਾਂਜੀ ਪੁੰਨਿਆਂ ਤੋਂ ਪੁੰਨਿਆਂ ਕੋਟੀ ਦੱਤੂ ਸਕੀਮ ਕਿਹੜੇ ਰਾਜ ਦੀ ਆ ਕਰਨਾਟਕ ਦੀ ਇਹ ਤੁਸੀਂ ਧਿਆਨ ਚ ਰੱਖਣਾ ਬਹੁਤ ਇੰਪੋਰਟੈਂਟ ਆ ਨੈਕਸਟ ਕੁਐਸ਼ਨ ਕਿਸ IIT ਨੇ ਹਾਲ ਹੀ ਵਿੱਚ 2021-22 ਲਈ ਰਾਸ਼ਟਰੀ ਬੌਧਿਕ ਸੰਪਤੀ ਪ੍ਰੋਗਰਾਮ ਦਾ ਐਲਾਨ ਕੀਤਾ ਰਾਸ਼ਟਰੀ ਬੌਧਿਕ ਸੰਪਤੀ ਪ੍ਰੋਗਰਾਮ ਦਾ ਐਲਾਨ ਕੀਤਾ IIT ਮ드ਰਾਸ ਨੇ অপਸ਼ਨ ਨੰਬਰ B ਇਜ਼ ਅ ਰਾਈਟ ਆਂਸਰ ਉਨ ਆਈਆਈਟੀ ਮਦਰਾਸ ਨੇ ਕੀਤਾ ਆਈਆਈਟੀ ਦੀ ਗੱਲ ਕੀਤੀ ਆ ਤਾਂ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਆਈਆਈਟੀ ਦਿੱਲੀ ਵਿਖੇ ਈ ਇਨਵੈਂਟਿਵ ਦਾ ਉਦਘਾਟਨ ਕੀਤਾ ਆ ਆਈਆਈਟੀ ਮਦਰਾਸ ਨੇ ਭਾਰਤੀ ਭਾਸ਼ਾ ਟੈਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਨੀਲਿਕਨੀ ਕੇਂਦਰ ਦੀ ਸ਼ੁਰੂਆਤ ਕੀਤੀ ਆ ਆਈਆਈਟੀ ਕਾਨਪੁਰ ਨੇ ਨਿਰਮਾਨ ਐਕਸਲੈਂਟਰ ਪ੍ਰੋਗਰਾਮ ਲਾਂਚ ਕੀਤਾ ਆ ਆਈਆਈਟੀ ਕਾਨਪੁਰ ਸਪੇਸ ਰੋਬੋਟ ਲਈ ਬਾਇਓ ਪ੍ਰੇਰਿਤ ਨਕਲੀ ਮਾਸਪੇਸ਼ੀ ਵਿਕਸਿਤ ਕਰੇਗਾ ਨੈਕਸਟ ਕੁਐਸਚਨ DGCA ਦੁਆਰਾ ਹਾਲ ਹੀ ਵਿੱਚ ਕਿਸ ਰਾਜ ਦੇ ਜੈਪੋਰ ਹਵਾਈ ਅੱਡੇ ਨੂੰ ਲਾਇਸੈਂਸ ਦਿੱਤਾ ਗਿਆ ਹਾਂਜੀ DGCA ਯਾਨੀ ਕਿ ਡਾਇਰੈਕਟੋਰੇਟ ਜਰਨਲ ਆਫ ਸਿਵਲ ਐਵੀਏਸ਼ਨ ਦੁਆਰਾ ਹਾਲ ਹੀ ਵਿੱਚ ਉੜੀਸਾ ਦੇ ਹਵਾਈ ਅੱਡੇ ਜੈਪੋਰ ਹਵਾਈ ਅੱਡੇ ਨੂੰ ਲਾਇਸੈਂਸ ਦਿੱਤਾ ਗਿਆ ਹੁਣ ਉੜੀਸਾ ਦੇ ਹਵਾਈ ਅੱਡੇ ਨੂੰ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ ਉੜੀਸਾ ਦੀ ਕੈਪੀਟਲ ਕੀ ਹੈ ਭੁਵਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਅੱਛਾ ਇੱਕ ਤੁਸੀਂ ਯਾਦ ਰੱਖਣਾ ਕੀ ਉੜੀਸਾ ਦਿਵਸ ਹਰੇਕ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਤੇ ਉੜੀਸਾ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਇਥੋਂ ਦੇ ਗਵਰਨਰ ਆ ਗਣੇਸ਼ੀਲਾ ਉੜੀਸਾ ਦੇ ਵਿੱਚ ਸੋਨਾਵੇਦਾ ਵਾਈਲਡਲਾਈਫ ਸੈਂਚਰੀ ਆ ਕੋਠਾਗਨ ਵਾਈਲਡਲਾਈਫ ਸੈਂਚਰੀ ਆ ਬੈਸੀਪਲੀ ਵਾਈਲਡਲਾਈਫ ਸੈਂਚਰੀ ਆ ਦੇਵਰੀਗਨ ਵਾਈਲਡਲਾਈਫ ਸੈਂਚਰੀ ਆ ਗਹੀਰਮਠ ਵਾਈਲਡਲਾਈਫ ਸੈਂਚਰੀ ਆ ਉੜੀਸਾ ਦੇ ਵਿੱਚ ਚਿਲਕਾ ਝੀਲਾ ਇਹ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲਾ ਉੜੀਸਾ ਦੇ ਵਿੱਚ ਰੋਸ਼ੀਕੁਲੀਆ ਬੀਚਾ 골ਡਨ ਬੀਚਾ ਉੜੀਸਾ ਦੇ ਵਿੱਚ ਭਿੱਤਰ ਕਨਿਕਾ ਨੈਸ਼ਨਲ ਪਾਰਕਾ ਨੰਦਨ ਕੰਨਣ ਚਿੜੀਆ ਘਾਰ ਇੱਕ ਪਾਇਕਾ ਵਿਦਰੋਹ ਹੋਇਆ ਸੀ ਉੜੀਸਾ ਦੇ ਵਿੱਚ 1820 ਈਸਵੀ ਨੂੰ ਠੀਕ ਹੈ ਤੇ ਉੜੀਸਾ ਨੇ ਰੀਸੈਂਟਲੀ ਇਸ ਨੂੰ ਸਤੰਤਰਤਾ ਦਾ ਪਹਿਲਾ ਯੁੱਧ ਮੰਨਣ ਦੇ ਲਈ ਸੈਂਟਰ ਗਵਰਨਮੈਂਟ ਤੋਂ ਮੰਗ ਕੀਤੀ ਪਰ ਸੈਂਟਰ ਗਵਰਨਮੈਂਟ ਨੇ ਮਨਾਂ ਕਰ ਦਿੱਤਾ ਸਤੰਤਰਤਾ ਦਾ ਪਹਿਲਾ ਯੁੱਧ 1857 ਈਸਵੀ ਦੇ ਵਿਦਰੋਹ ਨੂੰ ਹੀ ਮੰਨਿਆ ਜਾਂਦਾ ਹੈ ਉੜੀਸਾ ਦੇ ਵਿੱਚ ਅਖਿਲ ਭਾਰਤੀ ਸਰਕਾਰੀ ਭਾਸ਼ਾ ਵਿਗਿਆਨਿਕ ਅਤੇ ਤਕਨੀਕੀ ਸੈਮੀਨਾਰ ਦਾ ਯੋਜਨ ਕੀਤਾ ਗਿਆ। ਉੜੀਸਾ ਦੀ ਗਵਰਨਮੈਂਟ ਨੇ ਮਗਾਹੀ ਵਿੱਚ ਤਿੰਨ ਫਸੀ ਦੀ ਵਾਦਾ ਕੀਤਾ। ਉੜੀਸਾ ਦੇ ਵਿੱਚ ਸਵਸ਼ ਵਿੰਦੂ ਸਾਗਰ ਪਹਿਲ ਸ਼ੁਰੂ ਹੋਈ ਆ। ਛੇ ਇੱਕ ਗੱਲ ਯਾਦ ਰੱਖਣਾ। ਉੜੀਸਾ ਦੇ ਦੋ ਪਿੰਡ ਹੈ ਬੈਂਕਟਾ ਰਾਏਪੁਰ ਅਤੇ ਨੌਲੀਆ ਸਾਹੀ। ਇਹਨਾਂ ਦੋਨਾਂ ਨੂੰ ਯੂਨੈਸਕੋ ਨੇ ਸੁਨਾਮੀ ਰੈਡੀ ਡਿਕਲੇਅਰ ਕਰ ਦਿੱਤਾ। ਗਰੀਮਾ ਨਾਮ ਦੀ ਨਵੀਂ ਸਕੀਮ ਉੜੀਸਾ ਦੇ ਵਿੱਚ ਸ਼ੁਰੂ ਹੋਈ। ਡਰਿੰਕ ਫਰੌਮ ਟੈਪ ਸਕੀਮ ਉੜੀਸਾ ਦੇ ਵਿੱਚ ਸ਼ੁਰੂ ਹੋਈ। ਆਰਨਰ ਅਰਬਨ ਗਵਰਨਰ ਇੰਡੈਕਸ ਦੇ ਵਿੱਚ ਉੜੀਸਾ ਟੌਪ ਤੇ ਆ ਆਪ ਦਾ ਪ੍ਰਬੰਧਨ ਨੂੰ ਪ੍ਰਮੁੱਖ ਵੇਸ਼ਾਘੋਸ਼ਿਤ ਕੀਤਾ ਉੜੀਸਾ ਨੇ ਉੜੀਸਾ ਦੇ ਵਿੱਚ ਸਰਫੇਸ ਟੂ ਸਰਫੇਸ ਗਾਈਡਡ ਬੈਲਿਸਟਿਕ ਮਿਜ਼ਾਈਲ ਜਿਸ ਦਾ ਨਾਮ ਹੈ ਪਰਲੇ ਦਾ ਸਫਲ ਪ੍ਰੀਖਣ ਕੀਤਾ ਗਿਆ ਉੜੀਸਾ ਦੇ ਵਿੱਚ ਸਭ ਤੋਂ ਲੰਬੇ ਪੁਲਤੀ ਸੇਤੂ ਦਾ ਉਦਘਾਟਨ ਕੀਤਾ ਗਿਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਜੂਨ 2023 ਵਿੱਚ ਚੰ드ਰੀਆਨ 3 ਕੌਣ ਲਾਂਚ ਕਰੇਗਾ ਹਾਂਜੀ ਜੂਨ 2023 ਦੇ ਵਿੱਚ ਚੰ드ਰੀਆਨ 3 ਲਾਂਚ ਕਰੇਗਾ ਇਸਰੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇਸਰੋ ਜਾਨੀ ਕਿ ਇਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ ਹੋਈ ਸੀ 1969 ਦੇ ਵਿੱਚ ਇਸ ਦਾ ਹੈੱਡਕੁਆਰਟਰ ਆ ਬੰਗਲੌਰ ਦੇ ਵਿੱਚ ਐਟ ਪ੍ਰੈਸੈਂਟ ਇਸ ਦੇ ਚੇਅਰਮੈਨ ਆ ਐਸ ਸੋਮਨਾਥ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹਾਲ ਹੀ ਵਿੱਚ ਮਰਸਰਸ ਸੀਈਐਸ ਗਲੋਬਲ ਪੈਨਸ਼ਨ ਇੰਡੈਕਸ ਵਿੱਚ ਭਾਰਤ ਦਾ ਕਿੰਨਾ ਸਥਾਨ ਰਿਹਾ ਦੇਖੋ ਇਹ ਇੰਡੈਕਸ ਜੋ ਤਿਆਰ ਕੀਤਾ ਗਿਆ ਵਾ ਨਾ ਇਸ 44 ਦੇਸ਼ਾਂ ਦਾ ਕੀਤਾ ਗਿਆ 44 ਦੇਸ਼ਾਂ ਦਾ ਕੀਤਾ ਗਿਆ ਜਿਸ ਦੇ ਵਿੱਚ ਭਾਰਤ 41ਵੇਂ ਨੰਬਰ ਤੇ ਆ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਤੇ ਇਨਾਂ 44 ਦੇਸ਼ਾਂ ਦੇ ਵਿੱਚ ਦੁਨੀਆ ਦੀ 65% ਆਬਾਦੀ ਰਹਿੰਦੀ ਹੈ ਜਿਸ ਦੇ ਵਿੱਚੋਂ 41ਵੇਂ ਤੇ ਆ ਭਾਰਤ ਤੇ 2021 ਦੇ ਵਿੱਚ ਇਹ ਇੰਡੈਕਸ ਯਾਨੀ ਕਿ ਲਾਸਟ ਈਅਰ ਦੇ ਇੰਡੈਕਸ 43 ਦੇਸ਼ਾਂ ਦਾ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਭਾਰਤ 40ਵੇਂ ਨੰਬਰ ਤੇ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਨੈਕਸਟ ਕੁਐਸਚਨ हाल ही ਵਿੱਚ ਕਿਸ ਸ਼ਹਿਰ ਵਿੱਚ ਰੈਡ ਲਾਈਟ ਆਨ ਕਾਰ ਆਫ ਮੁਹਿੰਮ ਇੱਕ ਵਾਰ ਫਿਰ ਤੋਂ ਸ਼ੁਰੂ ਹੋਈ ਆ ਰੈਡ ਲਾਈਟ ਆਨ ਕਾਰ ਆਫ ਮੁਹਿੰਮ ਇੱਕ ਵਾਰ ਫਿਰ ਤੋਂ ਸ਼ੁਰੂ ਹੋਈ ਆ ਦਿੱਲੀ ਦੇ ਵਿੱਚ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਦੇਖੋ ਤੇਲ ਦੀ ਖਪਤ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਇਹ ਰੈਡ ਲਾਈਟ ਆਨ ਗਾੜੀ ਆਫ ਵਾਲੀ ਪਹਿਲ ਆ ਜਿਹੜੀ ਸ਼ੁਰੂ ਹੋਈ ਆ ਠੀਕ ਹੈ ਹੁਣ ਇਹ ਪਹਿਲ ਦਿੱਲੀ ਦੇ ਵਿੱਚ ਸ਼ੁਰੂ ਹੋਈ ਆ ਤਾਂ ਦਿੱਲੀ ਦੇ ਵਿੱਚ ਰੀਸੈਂਟਲੀ ਦਿੱਲੀ ਦੇ ਵਿੱਚ ਪਹਿਲੀ ਖੇਲੋ ਇੰਡੀਆ ਊਮੈਨ ਜੂਡੋ ਨੈਸ਼ਨਲ ਲੀਗ ਆਯੋਜਿਤ ਕੀਤੀ ਗਈ ਆ ਠੀਕ ਹੈ ਕਿ ਆਯੋਜਿਤ ਕੀਤੀ ਗਈ ਆ ਵੈਰੀ ਇੰਪੋਰਟੈਂਟ ਇਹ ਤੁਸੀਂ ਯਾਦ ਰੱਖਣਾ ਜਿਹੜੀ 21 ਅਕਤੂਬਰ ਤੋਂ 23 ਅਕਤੂਬਰ ਨੂੰ ਸਟਾਰਟ ਹੋਈ ਸੀਗੀ ਦਿੱਲੀ ਦੇ ਵਿੱਚ ਪਹਿਲੀ ਖੇਲੋ ਇੰਡੀਆ ਊਮਨ ਜੁਡੋ ਨੈਸ਼ਨਲ ਲੀਗ ਆਯੋਜਿਤ ਕੀਤੀ ਗਈ ਨਵੀਂ ਦਿੱਲੀ ਵਿੱਚ ਮਹਿਲਾ ਅਤੇ ਵਾਲ ਵਿਕਾਸ ਮੰਤਰਾਲੇ ਦੁਆਰਾ ਪੋਸ਼ਣ ਉਤਸਵ ਦਾ ਵੀ ਉਯੋਜਨ ਕੀਤਾ ਗਿਆ ਦਿੱਲੀ ਦੇ ਉਪਰਾਜਪਾਲ ਨੇ ਕਮਿਊਨਿਟੀ ਪੁਲਿਸਿੰਗ ਪਹਿਲ ਕਦਮੀ ਦੀ ਕੇਅਰ ਸ਼ੁਰੂ ਕੀਤੀ ਏਸ਼ੀਅਨ ਟੈਕਸਟਾਈਲ ਕਾਨਫਰੰਸ ਦਾ ਨੋਵਾਂ ਐਡੀਸ਼ਨ ਦਿੱਲੀ ਦੇ ਵਿੱਚ ਆਯੋਜਿਤ ਕੀਤਾ ਗਿਆ ਅਰਵਿੰਦ ਕੇਜਰੀਵਾਲ ਨੇ ਮੇਕ ਇੰਡੀਆ ਨੰਬਰ 1 ਮਿਸ਼ਨ ਦਿੱਲੀ ਦੇ ਵਿੱਚ ਸ਼ੁਰੂ ਕੀਤਾ ਸਵਾਰਸਮਰਾਟ ਫੈਸਟੀਵਲ ਦਾ 10ਵਾਂ ਐਡੀਸ਼ਨ ਨਵੀਂ ਦਿੱਲੀ ਦੇ ਵਿੱਚ ਸ਼ੁਰੂ ਹੋਇਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਉਰੋਨੋਡੋਈ ਨਕਦ ਲਾਭ ਪਾਤਰੀਆਂ ਦੀ ਸੂਚੀ ਵਿੱਚ ਕਿਹੜਾ ਰਾਜ ਸੋਧ ਕਰੇਗਾ ਹਾਂਜੀ ਉਰੋਨੋਡੋਈ ਨਕਦ ਲਾਭ ਪਾਤਰੀਆਂ ਦੀ ਸੂਚੀ ਦੇ ਵਿੱਚ ਅਸਮ ਰਾਜ ਸੋਧ ਕਰੇਗਾ ਆਪਸ਼ਨ ਨੰਬਰ B ਇਜ਼ ਅ ਰਾਈਟ ਆਨਸਰ ਇਸ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ 1250 50 ਰੁਪਏ ਪ੍ਰਤੀ ਮਹੀਨਾ ਮਿਲਦੇ ਸੀ ਠੀਕ ਹੈ ਤੇ ਹੁਣ ਅਸਮ ਦੀ ਗਵਰਨਮੈਂਟ ਇਸ ਯੋਜਨਾ ਦੇ ਵਿੱਚ ਸ਼ੋਧ ਕਰਨ ਵਾਲੀ ਹੈ ਸੂਚੀ ਦੇ ਵਿੱਚ ਹੁਣ ਅਸਮ ਦੀ ਗਵਰਨਮੈਂਟ ਕਰੇਗੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੀ ਕੈਪੀਟਲ ਕੀ ਹੈ ਦੇਸ਼ਪੁਰ ਤੇ ਇਥੋਂ ਦੀ ਚਲੋ ਕੈਪੀਟਲ ਆ ਦੇਸ਼ਪੁਰ ਅਤੇ ਅਸਮ ਦੇ ਚੀਫ ਮਿਨਿਸਟਰ ਕੌਣ ਨੇ ਹਿਮਾਤਾ ਵਿਸ਼ਵ ਸਰਨ ਸ਼ਰਮਾ ਹ ਮਾਤਾ ਵਿਸ਼ਵ ਸ਼ਰਮਾ ਇਥੋਂ ਦੇ ਗਵਰਨਰ ਰਾਜਗਦੀਸ਼ ਮੁਖੀ ਅਸਾਮ ਦੇ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਆ ਮਾਨਸ ਨੈਸ਼ਨਲ ਪਾਰਕ ਆ ਨਮੇਰੀ ਨੈਸ਼ਨਲ ਪਾਰਕ ਆ ਔਰੰਗ ਨੈਸ਼ਨਲ ਪਾਰਕ ਆ ਬਿੰਦੀਵਰੂਸੇਖੋਵਾ ਨੈਸ਼ਨਲ ਪਾਰਕ ਆ ਰਾਇਮੋਨਾ ਨੈਸ਼ਨਲ ਪਾਰਕ ਆ ਦੇਂਗ ਪਟਕਾਈ ਨੈਸ਼ਨਲ ਪਾਰਕ ਆ ਇਹ ਸੱਤ ਨੈਸ਼ਨਲ ਪਾਰਕ ਆ ਅਸਾਮ ਦੇ ਦੇਖੋ ਅਸਾਮ ਦੇ ਵਿੱਚ ਪਹਿਲਾਂ 5 ਨੈਸ਼ਨਲ ਪਾਰਕ ਸੀ ਦੋ ਨਵੇਂ ਨੈਸ਼ਨਲ ਪਾਰਕ ਬਾਅਦ ਚ ਬਣਿਆ ਕਿਹੜੇ ਕਿਹੜੇ ਰਾਈਮੋਨਾਂ ਤੇ ਦੇਹਿੰਗ ਪਟਕਾਈ ਇਹਨਾਂ ਦੇ ਨਾਲ ਸੱਤ ਹੋਗੇ ਸੱਤ ਹੋਣ ਦੇ ਨਾਲ ਹੀ ਅਸਮ ਤੀਜੇ ਨੰਬਰ ਤੇ ਹੋਗਾ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਪਹਿਲੇ ਤੇ ਕੌਣ ਆ ਮਧ ਪ੍ਰਦੇਸ਼ ਸੈਕਿੰਡ ਤੇ ਅੰਡੇਮਾਨ ਨਿਕੋਬਰ ਤੇ ਅਸਮ ਤੁਹਾਨੂੰ ਜਾਦ ਹੋਣਾ ਚਾਹੀਦਾ ਕਿ ਭਾਰਤ ਵਿੱਚ ਸਭ ਤੋਂ ਵੱਧ ਚਾਹ ਅਸਮ ਦੇ ਵਿੱਚ ਹੁੰਦੀ ਆ ਜੇ ਅਸਮ ਦੇ ਵਿੱਚ ਹੁੰਦੀ ਆ ਤਾਂ ਅਸਮ ਦੀ ਇੱਕ ਮਨੋਹਾਰੀ 골ਡ ਟੀ ਆ ਇਹ ਆਪਣੇ ਦੇਸ਼ ਦੀ ਸਭ ਤੋਂ ਮਹਿੰਗੀ ਵਿਕਣ ਵਾਲੀ ਚਾਹ ਕੋਸ਼ਿਤ ਹੋ ਚੁੱਕੀ ਆ ਅਸਮ ਦੇ ਵਿੱਚ ਫੇਮਸ ਲੋਕ ਨਾਚ ਹੁੰਦੀ ਆ ਬੀਹੂ ਜਗਰੂম্বা ਪੌਂਗਲ ਅਸਮ ਦੀ ਰਾ ਸਰਕਾਰ ਨੇ ਉਰੋਨੋਡੋਈ ਸਕੀਮ ਸ਼ੁਰੂ ਕੀਤੀ ਇਹ ਸਕੀਮ ਜਿਹੜੀ ਪਹਿਲਾਂ ਸ਼ੁਰੂ ਕੀਤੀ ਸੀ ਤੇ ਹੁਣ ਇਸ ਦੇ ਵਿੱਚ ਸ਼ੋਧ ਕੀਤੀ ਆ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਅਸਮ ਵਿੱਚ ਕੱਟੀ ਵੀ ਹੋ ਤਿਹਾਰ ਮਨਾਇਆ ਜਾਂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਮ ਵਿੱਚ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦਾ ਉਦਘਾਟਨ ਕੀਤਾ ਅਸਮ ਰਾਜ ਸਰਕਾਰ ਨੇ ਵਿਦਿਆਰਥ ਸਕੂਲ ਔਨ 휠ਰ ਪ੍ਰੋਜੈਕਟ ਸ਼ੁਰੂ ਕੀਤਾ ਪਵਨ ਕੁਮਾਰ ਬੋਲ ਠਾਕਰ ਨੂੰ ਅਸਮ ਦਾ ਨਾਮਾ ਮੌਕਸ ਕੱਤਰ ਨੂੰ ਨਿਜ਼ਕਤ ਕੀਤਾ ਗਿਆ ਮੌਕਮੰਤਰੀ ਨੇ 1000 ਮਾਡ ਲਾਂਗਨਵਾੜੀ ਕੇਂਦਰਾਂ ਦੀ ਸ਼ੁਰੂਆਤ ਕੀਤੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਯੂਥ ਬਿਜ਼ਨਸ ਇੰਟਰਨੈਸ਼ਨਲ ਦੇ ਗਲੋਬਲ ਯੰਗ ਇੰਟਰਪ੍ਰੀਨਿਓਰ ਸਾਲ 2022 ਅਵਾਰਡ ਕਿਸ ਨੂੰ ਦਿੱਤਾ ਗਿਆ ਜੂਥ ਬਿਜ਼ਨਸ ਇੰਟਰਨੈਸ਼ਨਲ ਦੇ ਗਲੋਬਲ ਯੰਗ ਇੰਟਰਪ੍ਰੀਨਿਓਰ ਸਾਲ 2021 ਅਵਾਰਡ ਕੰਪਿਊਟਰ ਗੇਮਿੰਗ ਉਪਕਰਣ ਨਿਰਮਾਤਾਵਾ ਨਿਰੰਜਨ ਓਵਲ ਤੇ ਇਹਨਾਂ ਨੂੰ ਦਿੱਤਾ ਗਿਆ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣ ਅਵਾਰਡ ਦੀ ਗੱਲ ਹੋਈ ਆ ਤਾਂ ਰੀਸੈਂਟਲੀ ਜਿੰਨੇ ਵੀ ਅਵਾਰਡ ਮਿਲੇ ਤੁਹਾਨੂੰ ਪਤਾ ਹੈ ਇੱਕ ਨੰਬਰ ਦਾ ਕੁਐਸਚਨ ਐ ਐਗਜ਼ਾਮ ਦੇ ਵਿੱਚ ਅਵਾਰਡ ਦੇ ਨਾਲ ਰਿਲੇਟਡ ਆਨ ਦਾ ਹੀ ਆਉਂਦਾ ਵਾ ਤਾਂ ਅਸੀਂ ਉਹ ਵੀ ਰਿਵਾਈਜ਼ ਕਰ ਲੈਣੇ ਆ ਰੀਸੈਂਟਲੀ ਜਿੰਨੇ ਅਵਾਰਡ ਮਿਲੇ ਆ ਬਾਰਵਰਾ ਮੈਟਕੋਫ ਨੂੰ 2022 ਸਰ ਸ਼ਯਦ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਰਤਨ ਟਾਟਾ ਨੂੰ ਸਮਾਜ ਸੇਵਾ ਦੇ ਲਈ ਸੇਵਾ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਕਰਨਲ ਸਰੂਪ ਸਿੰਘ ਨੇ ਆਲਟਰਾ ਮੈਨ ਇੰਡੀਆ ਦਾ ਖਿਤਾਬ ਜਿੱਤਿਆ ਰੌਕਸੀ ਕੋਲ ਨੂੰ 2022 ਦਾ ਦਿਵਿੰਦਰ ਲਾਲ ਮੈਮੋਰੀਅਲ ਮੈਡਲ ਮਿਲਿਆ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ ਭੋਜਨ ਸ਼੍ਰੇਣੀ ਵਿੱਚ ਸਭ ਤੋਂ ਪ੍ਰਸਿੱਧ ਜੀਆਈ ਪੁਰਸ਼ੁਕ ਆਕਾਰ ਪ੍ਰਾਪਤ ਕੀਤਾ ਵਾ ਜਾਂ ਜਿੱਤਿਆ ਵਾ ਦੇਖੋ ਭੋਜਨ ਸ੍ਰੈਣੀ ਦੇ ਵਿੱਚ ਆ ਹైదਰਾਬਾਦੀ ਹਲੀਮ ਇੱਕ ਟਾਈਪ ਦੀ ਖਿਚੜੀ ਹੁੰਦੀ ਹੈ ਜਿਹੜੀ ਕਿ ਨਾਨ ਵੇਜ ਹੁੰਦੀ ਆ ਨਾਨ ਵੇਜ ਦੇ ਨਾਲ ਨਾਲ ਇਸ ਦੇ ਵਿੱਚ ਦਾਲ ਮਟਰ ਅਤੇ ਦਲੀਆ ਵੀ ਹੁੰਦਾ ਵਾ ਠੀਕ ਹੈ ਤੇ ਇਹ ਭੋਜਨ ਸ੍ਰੈਣੀ ਦੇ ਵਿੱਚ ਸਭ ਤੋਂ ਪ੍ਰਸਿੱਧ ਜੀਆਈ ਪੁਰਸਕਾਰ ਮਿਲਿਆ ਵਾ ਹైਦਰਾਬਾਦੀ ਹਲੀਮ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਹਾਲ ਹੀ ਵਿੱਚ ਲੈਫਟੀਨੈਂਟ ਗਵਰਨਰ ਬੀ ਕੇ ਸਖਸੈਣਾ ਨੇ ਕਿੰਨੇ ਜ਼ਿਲ੍ਹਾ ਸੈਨਿਕ ਬੋਰਡਾਂ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ? ਹਾਂਜੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਆ ਵੀ ਕੇ ਸਖਸੈਣਾ ਤੇ ਇਹਨਾਂ ਨੇ 4 ਜ਼ਿਲ੍ਹਾ ਸੈਨਿਕ ਬੋਰਡਾਂ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਆ। ਆਪਸ਼ਨ ਨੰਬਰ B ਇਜ਼ ਅ ਰਾਈਟ ਆਂਸਰ। ਨੈਕਸਟ ਕੁਐਸ਼ਨ ਕਿਸ ਬੈਂਕ ਨੇ ਹਾਲ ਹੀ ਵਿੱਚ DX 2022 ਅਵਾਰਡ ਪ੍ਰਾਪਤ ਕੀਤਾ? ਹਾਂਜੀ डीएक्स 2000 वाई अवार्ड प्राप्त ਕੀਤਾ કર્ਨਾਟਕ ਬੈਂਕ ਨੇ অপশন ਨੰਬਰ বি ਇਜ਼ ਦਾ রাইਟ ਆਨਸਰ ਹੁਣ કર્ਨਾਟਕ ਬੈਂਕ ਨੇ ਕੀਤਾ ਇਸ ਦੀ ਸਥਾਪਨਾ ਕਦੋਂ ਹੋਈ ਸੀ 1924 ਦੇ ਵਿੱਚ ਇਸ ਦਾ ਹੈੱਡ ਕੁਆਟਰ ਕਿੱਥੇ ਆ ਮੰਗਲੌਰ ਦੇ ਵਿੱਚ ਇਸ ਦੇ ਐਮ ਡੀ ਕੌਣ ਨੇ ਮਹਾਵਿਲੇਸ਼ਵਰ ਐਮ ਐਸ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ Tanavazji, thanks for watching.